ਕਿੱਦਾਂ ਹਾਂ ਵਧੀਆ ਫਸਟ ਕਲਾਸ ਤੂੰ ਸੁਣਾ ਮੈਂ ਠੀਕ ਆ ਕੀ ਹੋ ਰਿਹਾ ਕੁਛ ਨਹੀਂ ਸ਼ਾਮ ਹੋ ਗਈ ਇੱਥੇ ਅੱਛਾ ਆਹੋ ਹੋ ਰੇ ਟੱਕ ਕੇ ਸੇ ਲੋ ਇੱਕ ਗੱਲ ਨਾ ਵਿੱਚ ਮਦਾਂ ਦੇ ਇਹ ਕਿੰਨੇ ਚੱਕੀਏ ਜਿੰਨੇ ਮਰਜ਼ੀ ਚੱਕ ਲੋ ਹਾਂ ਏਦਾਂ ਕਿਉਂ ਹੁੰਦਾ ਜਿੰਨਾ ਪਿੱਛੇ ਅਸੀਂ ਹੁੰਨੇ ਆ ਉਹਨਾਂ ਸਾਡੀਆਂ ਕਦਰਾਂ ਨਹੀਂ ਹੁੰਦੀਆਂ ਕਿਉਂ ਇੰਜ ਹੁੰਦਾ ਚਲ ਕਹਲੇ ਦੱਸ ਜਿੰਨਾ ਪਿੱਛੇ ਅਸੀਂ ਹੁੰਨੇ ਉਹਨਾਂ ਨੂੰ ਕਦਰਾਂ ਨਹੀਂ ਹੁੰਦੀ ਤੇ ਜਿੰਦੇ ਪਿੱਛੇ ਬੰਦਾ ਹੁੰਦਾ ਉਹਨੂੰ ਅਗਲੇ ਨੂੰ ਉਹਦੀ ਕਦਰ ਨਹੀਂ ਹੁੰਦੀ ਤੇ ਇੰਜ ਕਿਉਂ ਹੁੰਦਾ ਦੱਸ ਤੇ ਸਹੀ ਜ਼ਿੰਦਗੀ ਇਹ ਲਾਈਫ ਹੈ ਬੰਦਾ ਕੀ ਕਰੇ ਕਿਹੜੇ ਪਾਸੇ ਜਾਵੇ ਆਹ ਨਹੀਂ ਤੇ ਫੇਰ ਮਰ ਜਾਣਾ ਚਾਹੀਦਾ ਕੀ ਖਿਆਲ ਹੈ ਨਾ ਨਾ ਮਰਨਾ ਹੂੰ ਤੇਰਾ ਮਰਨਾ ਬਣਦਾ ਹੀ ਨਹੀਂ ਕਿਉਂ ਫਾਇਦਾ ਨਹੀਂ ਜ਼ੁਰੀ ਨੇ ਜ਼ਿੰਦਗੀ ਚ ਹਰ ਕੰਮ ਫਾਇਦੇ ਲਈ ਕੀਤਾ ਜਾਏ ਯਾਰ ਇੱਕ ਗੱਲ ਦੱਸ ਕਵੀਨ ਚਲੋ ਅਸੀਂ ਤਾਂ ਮੁੰਡੇ ਆ ਮੰਨ ਲਿਆ ਠੀਕ ਹੈ ਲੇਕਿਨ ਤੁਸੀਂ ਕੁੜੀਆਂ ਵੀ ਪਰਦੇਸ ਨੂੰ ਮੂੰਹ ਕਰ ਗਈਆਂ ਜੇ ਭਾਈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਪਾਣਾ ਹੁੰਦਾ ਹੈ ਨਾ ਪਰਦੇਸ ਨੂੰ ਉਹ ਜਾਂਦੇ ਨੇ ਤੇ ਜਿਨ੍ਹਾਂ ਨੇ ਮਾਪਿਓ ਦੇ ਆਸਰੇ ਤੇ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਹੁੰਦੀ ਆ ਨਾ ਮੈਂ ਉਹ ਲੋਕਾਂ ਨੂੰ ਕਾਮਯਾਬ ਹੁੰਦੀਆਂ ਨਹੀਂ ਵੇਖਿਆ

ਕੀ ਦਸੀਏ ਤੈਨੂੰ ਕਾਲੇ ਆਸੀਂ ਕਿਹੜੇ ਕਿਹੜੇ ਦੌਰ ਚ ਗੁਜ਼ਰੇ ਆ ਕਾਲੇ ਕੀ ਦਸੀਏ ਕੀ ਦਸੀਏ ਕੀ ਦਸੀਏ ਤੈਨੂੰ ਅਸੀਂ ਹਾਲੇ ਦਿਲ ਅਸੀਂ ਸੂਲੀ ਉੱਤੇ ਟੰਗੇ ਆ ਨਾ ਦਿਨ ਲੰਘਦਾ ਨਾ ਚੈਣ ਆਉਂਦਾ ਅੱਛਾ ਤੂੰ ਮੈਨੂੰ ਇੱਕ ਗੱਲ ਦੱਸ ਹਾਂ ਬਾਕੀ ਸਾਰੀਆਂ ਗੱਲਾਂ ਛੱਡ ਇਹ ਮੇਰੀ ਕਮਜ਼ੋਰੀ ਏ ਜਾਂ ਕੀ ਚੱਕਰ ਏ ਯਾਨੀ ਕਿਹੜੀ ਵੀ ਕੁੜੀ ਆਉਂਦੀ ਏ ਨਾ ਮੇਰਾ ਦਿਲ ਇੰਜ ਹੀ ਕਰਦਾ

हमारी सोच होती है कि सामने वाला भी वैसा हो ठीक है लेकिन वैसा नहीं होता वेलकम से क्या ख्याल है खावर ने पता मेरी कितनी स्ट्रीक तोड़ी थी अपनी गिफ्टिंग के चक्कर में खावर बास का पता है है ना उसने मुझे मुझे कहा तो मेरी कहास्त मैं वादा करता मैं तुम्हारी तो स्ट्रीक बचाऊंगा उसने मेरी थर्टी थ्री की स्ट्रीक तोड़ी मैंने उसको कहा भी मेरा स्ट्रीक रखने का वालेकुम अस्सलाम स्ट्रीक रखने का एक मकसद है क्योंकि मैं स्टीक पता क्यों बचाती हूँ मुझे कोई नहीं परवाह कि टूट जाए मैं फिर बना लूंगी तो मुझे ये परवाह है कि जब स्टीक टूटती है ना उन लोगों को सपोर्ट नहीं होता जिनको मैं करना चाह रही होती हूँ मेरी स्टीक तोड़ने के चक्कर में ना लोग ऑपोजिट साइड पे जाके ना प्ले करते थे अभी रात की बात है एक बंदा आया मेरी तरफ हैरी को मैंने कहा हैरी मेरी स्ट्रीक ना टूटे तो मैं गिफ्टिंग होगी पता नहीं उसका हाँ, मोबाइल हैंग हो गया या जो भी हुआ ना

ਓਏ 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 ਕੀ ਹੋ ਗਿਆ ਤੈਨੂੰ ਹੋਸ਼ ਕਰ ਹੋਸ਼ ਕਵੀਨ ਇੱਥੇ ਆ ਕਿਧਰੇ ਨਹੀਂ ਚੱਲੀ ਆ ਕਾਇ ਨਹੀਂ ਕਵੀਨ ਨੂੰ ਮੈਂ ਸਵੇਰੇ ਪੁੱਛਿਆ ਕਵੀਨ ਆਲਰੇਡੀ ਕਿਸੇ ਦੀ ਹੋ ਗਈ ਏ ਤ ਤੇ ਪਰੇਸ਼ਾਨ ਏ ਇਸ ਗੱਲੋਂ ਕਿੱਥੋਂ ਪਰੇਸ਼ਾਨ ਆ ਤੂੰ ਦੇਖ ਵੀ ਤੇਰੀ ਵੀ ਮੰਗਣੀ ਹੋ ਗਈ ਦਾਵੇ ਨਹੀਂ ਮੇਰੀ ਮੰਗਣੀ ਸ਼ੰਗਣੀ ਨਹੀਂ ਹੋਈ ਹੈ ਲੇਕਿਨ ਅਨਕਰੀਬ ਨਿਕਾਹ ਹੋ ਸਕਦਾ ਹੈ ਅਗਰ ਉਹ ਬੰਦਾ ਕਦਰ ਕਰੇ ਤੇ अगर करे फिर अब मेरे ना मैं कुछ नहीं कह सकती अल्लाह करेरी रब नजर ना लायो, मैं ते अपनी मांी कली, कली <laughs> बा अला का शुक्र है मैं बाहर आ गई बड़ी मेहनत बड़िया काविशा कर कर आए हैं इतने बहार ਤੇ ਮੇਰੀ ਮੇਰੀ ਦੁਆ ਹੈ ਕਿ ਰੱਬ ਮੈਨੂੰ ਇੰਨਾ ਕੁ ਦੇਵੇ ਨਾ ਕਿ ਮੈਂ ਦੁਨੀਆ ਨੂੰ ਦੇ ਕੇ ਭੁੱਲ ਜਾਵਾਂ ਬਸ ਆਮਨ ਇੰਨਾ ਚਾਹਦੀ ਆ ਮੈਂ ਹੋਰ ਮੇਰਾ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਆ ਮੈਂ ਸਿਰਫ ਲੋਕਾਂ ਦੇ ਚਿਹਰੇ ਤੇ ਨਾ ਸਮਾਈਲ ਦੇਖਣਾ ਚਾਹਦੀ ਆ ਜੇ ਤੂੰ ਐਡੇ ਦਿਲ ਦੀ ਸਾਫ਼ ਹੈ ਨਾ ਤੇਰੀ ਨੀਅਤ ਇੱਡੀ ਸਾਫ਼ ਹੈ ਨਾ ਤੇ ਸ਼ੌਲਟੀ ਨਾਲ ਮੈਂ ਗੱਲ ਕਰਾਂਗਾ ਮੈਂ ਉਮਰ ਦਾ ਛੋਟਾ ਮੇਰਾ ਤਜਰਬਾ ਹੈ ਰਵੇਂ ਦੀ ਤਨਖਾਹੀ ਤਨਹਾ ਹੂੰ

यू नो चौधरी तू फिर चौधरी को उठा ले मैं चला जाता हूँ और मैं मैं अल्लाह से डर के कहती हूँ अस्तक फिर कि मैंने कभी दिल में किसी के लिए बात नहीं रखी मेरी मेरी ब्रॉड पे लोग आते हैं बहुत कम लोग मुझे अब करते हैं मैं उस उस बंदे को पता क्या कहती हूँ ना मैंने तुम्हें ब्लॉक करना है ना मैं तुम्हें म्यूट करना है मैं तुम्हारा जरफ देखना तुम कितनी देर बोल सकते हो ਇਹ ਤਾਂ ਜ਼ਰਵ ਜ਼ਰਵ ਦੀ ਬਾਤ ਹੈ ਨਾ ਕੋਈ ਕਹਿ ਜਾਂਦਾ ਹੈ ਕੋਈ ਸਹਿ ਜਾਂਦਾ ਹੈ। ਕੀ ਬਾਤ ਹੈ। ਹਾਂ। ਹਾਂ। ਨੀਉਆ। ਕੋਈ ਨਹੀਂ। ਦਿਲ ਫਟਾ ਨਹੀਂ ਕਰੀਦਾ। ਤੇ ਅੱਲਾਹ ਕੋਲੋਂ ਮੰਗੋ ਤੇ ਅੱਲਾਹ ਤਾ ਕਰਦਾ ਹੈ। ਐਸੀ ਕੀ ਨਾ ਮੰਗੋ ਕਿ ਅੱਲਾਹ ਦਿੰਦਾ ਹੈ। ਯਾਰਾ ਗੱਲ ਸੁਣ ਮੇਰੀ ਅਸੀਂ 1 ਮਿੰਟ। ਅੱਲਾਹ ਕੋਲੋਂ ਮੰਗਨੇ ਆ ਵਾਕਈ ਅੱਲਾਹ ਦਿੰਦਾ ਹੈ। ਲੇਕਿਨ ਦੁਨੀਆ ਦਾ ਕੀ ਕਰੇ ਬੰਦਾ? ਦੁਨੀਆ ਨੂੰ ਦਫਾ ਕਰੋ ਨਾ। ਆਪਕੇ ਅਮੀ ਅਬੂ ਹੈ? है ना उनसे बोले आप जो कहोगे ना अल्लाह आपको देगा ये मैं लिख के देती हूं जाओ अच्छी बातें करती हो रब दे मैं बहुत दे रब दे।, दे काला ब्रांड बैठा हुआ है आपा ते किसी भी नहीं दे भी नहीं उल्ला तुम से लोगों क्या कह रहा है ये देखो अब मैं तुम्हें बेटा म्यूट नहीं करूंगी ਮੈਂ ਇੱਕ ਗੱਲ ਦੱਸ ਹਾਂ ਪਾਲੇਕਾ ਪਹਿਲੀ ਗੱਲ ਤੇ ਇੱਕ ਵੀਨੇ ਤੈਨੂੰ ਫਾਲੋ ਕੀਤਾ ਹਾਂ ਤੇ ਨਾ ਮੈਚ ਲਾਇਆ ਤੂੰ ਜਦੋਂ ਮੈਂ ਤੈਨੂੰ ਤੇਰੇ ਲਈ ਜਿਸ ਤਰ੍ਹਾਂ ਮੈਚ ਪਾਇਆ ਨਾ ਮੇਰੇ ਜ਼ਿਹਨ ਤੋਂ ਮੁਤਾਬਕ ਜ਼ਿਹਨ ਦੇ हिसाब ਨਾਲ ਤੂੰ ਕਿਤੇ ਅੱਗੇ ਨਿਕਲੀ ਹੈ ਮਤਲਬ ਮੈਨੂੰ ਪਤਾ ਨਹੀਂ ਕੌਣ ਹੋਣੀ ਅਕਸਰ ਕੁਮੀਨ ਜਿਹੜੀਆਂ ਕੁਮੀਨਾਂ ਬੁੱਢੀਆਂ ਹੀ ਨਿਕਲਦੀਆਂ ਨੇ मैं अब बड़ी बात बताऊं खुदा वाहद जानता है कि मुझे जहां से जितनी सपोर्ट होती है ना मैंने आज तक एक रुपया अगर मेरे अकाउंट में कुछ नहीं है ना मैंने आज तक एक रुपया अपनी जात के लिए निकाल के इस्तेमाल नहीं किया क्योंकि मैंने ये सोचा हुआ था कि मेरे आया या आदिल कैसे हो ठीक हो मैंने ये सोचा हुआ था मैं उन लोगों को सपोर्ट करूंगी जो मेरी तरह जिनकी कहे तो मैं अपनी बात बताती मैं जब रोड ओपन करती थी

<laughs> <laughs> काले ब्रैंड तो मेरी बात सुनने आए यहाँ पे अच्छा